ਟਰੈਕਟਰ ਹੁੰਦੇ ਆ, ਟਰੈਕਟਰਾਂ ਦੀਆਂ ਵੋਟੀਆਂ ਹੁੰਦੀਆਂ। ਆ ਵੀਡੀਓ ਐਂਡ ਤੱਕ ਦੇਖ ਲਿਓ, ਸੌ ਰੱਬ ਦੀ ਤੁਹਾਨੂੰ ਹਾਸਾ ਬਹੁਤ ਆਵੇਗਾ, ਕਿਉਂਕਿ ਆਪਾਂ ਵੀ ਇਹ ਵੀਡੀਓ ਦੇਖ ਕੇ ਬਹੁਤ ਹੀ ਜ਼ਿਆਦਾ ਹੱਸੇ। ਯਾਰੋ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਸਾਨੂੰ ਹਰ ਇੱਕ ਤਰ੍ਹਾਂ ਦੀ ਵੀਡੀਓ ਮਿਲਦੀ ਹੀ ਰਹਿੰਦੀ ਹੈ, ਤੇ ਸਾਡਾ ਫਰਜ਼ ਬਣਦਾ ਹੈ ਉਹ ਹਰ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ, ਜਿਸ ਨੂੰ ਦੇਖ ਕੇ ਤੁਹਾਡੇ ਮੂੰਹ ਤੇ ਸਮਾਈ ਲਾਵੇ। ਯਾਰੋ ਅੱਜ ਕੱਲ ਦੇ ਨਿੱਕੇ ਨਿੱਕੇ ਜਵਾਕ ਬਹੁਤ ਹੀ ਜ਼ਿਆਦਾ ਤੇਜ਼ ਨੇ, ਜੋ ਇੱਦਾਂ ਦੇ ਸਵਾਲ ਪੁੱਛਦੇ ਨੇ ਕਿ ਜਵਾਬ ਦੇਣਾ ਔਖਾ ਹੋ ਜਾਂਦਾ ਹੈ। ਹਾਲ ਹੀ ਵਿੱਚ ਜਿਹੜੇ ਆ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਹੈ, ਤੇ ਬਹੁਤ ਹੀ ਜ਼ਿਆਦਾ ਨੋਨਾ ਜਿਹਾ ਹੈ ਤੇ ਬਹੁਤ ਹੀ ਸੋਹਣੀਆਂ ਸੋਹਣੀਆਂ ਗੱਲਾਂ ਕਰਦਾ ਹੈ। ਸਵੇਰ ਹੁੰਦੀ ਹੈ ਤੇ ਨਾਲ ਹੀ ਪਤੰਦਰ ਡੈਡੀ ਨੂੰ ਉੱਠ ਕੇ ਸਵਾਲ ਪੁੱਛਦਾ ਹੈ ਕਿ ਡੈਡੀ ਜਿਹੜੀਆਂ ਟਰਾਲੀਆਂ ਹੁੰਦੀਆਂ ਨੇ ਇਹ ਟਰੈਕਟਰਾਂ ਦੀਆਂ ਬੋਟੀਆਂ ਹੁੰਦੀਆਂ ਨੇ, ਤੇ ਨਾਲੇ ਪੁੱਛਦਾ ਹੈ ਡੈਡੀ ਸਾਡੇ ਟਰੈਕਟਰ ਦੀ ਬੋਟੀ ਕਿੱਥੇ ਗਈ, ਤੇ ਹੋਰ ਕੀ ਗੱਲਾਂ ਬਾਤਾਂ ਕਰਦਾ ਹੈ। ਆਓ ਤੁਹਾਨੂੰ ਇਸ ਦੇ ਛੋਟੇ ਜਿਹੇ ਵੀਡੀਓ ਕਲਿੱਪ ਵੱਲ ਲੈ ਚੱਲਦੇ ਹਾਂ। ਪਾਪਾ, ਹਾਂਜੀ ਪੁੱਤਰ, ਟਰੈਕਟਰ ਉਹਨਾਂ ਦੇ ਘਰ ਵਾਲੇ ਤੇ ਆਪਣੇ ਟਰੈਕਟਰ ਦੀ ਵੋਟੀ ਨੀ ਹੈਗੀ। ਕਿਹੜੇ ਦੀ? ਆਪਣੇ ਟਰੈਕਟਰ ਦੀ। ਆਪਣੇ ਟਰੈਕਟਰ ਦੀ ਵੋਟੀ ਨੀ ਹੈਗੀ? ਅੱਛਾ, ਉਹ ਅਜੇ ਕੁਆਰਾ, ਉਹਦਾ ਵਿਆਹ ਨੀ ਕੀਤਾ ਅਜੇ। ਅਰਜੁਨ? ਆਹੋ, ਆਪਣਾ ਅਰਜੁਨ ਅਜੇ ਕੁਆਰਾ ਹੈ, ਕਰ ਦੀ ਉਹਦਾ ਵਿਆਹ। ਉਹਦੀ ਪਹਿਲੀ ਵੋਟੀ ਹੋਣੀ ਸੀ, ਉਹ ਆਪਾਂ ਵੇਚਤੀ ਸੀ। ਕਿਹੜੇ ਰੰਗ ਦੀ ਵੋਟੀ ਲੈਣੀ ਹੈ? ਪਿੰਕ ਰੰਗ ਦੀ। ਅਰਜਨ ਲਾਲ ਏ ਤੇ ਉਹਦੀ ਜਿਹੜੀ ਟਰਾਲੀ ਏ ਉਹ ਪਿੰਕ ਰੰਗ ਦੀ। ਚੱਲ ਠੀਕ ਏ। ਯਾਰੋ ਇਸ ਬੱਚੇ ਦੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ,